ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਨਾ ਸਿਰਫ ਪੰਜਾਬ ਬਲਕਿ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦਿੱਲੀ ਕੇ ਰੰਜਾਰੀਆਂ 26 27 ਤਰੀਕ ਨੂੰ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਜਾਰੀ ਕਰ ਦਿੱਤਾ ਗਿਆ ਇਸੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 1:30 ਵਜੇ ਪੰਜਾਬ ਭਵਨ ਚ ਪੰਜਾਬ ਦਿਆਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਸੱਦੀ ਆ ਮੀਟਿੰਗ ਦਾ ਏਜੰਡਾ ਹਾਲਾਂਕਿ ਇਹ ਹੀ ਦੱਸਿਆ ਜਾ ਰਿਹਾ ਵੀ 26 27 ਵਾਲਾ ਜਿਹੜਾ ਦਿੱਲੀ ਘੇਰਨ ਦਾ ਦੂਜਾ ਹੋ ਸਕਦਾ ਵੀ ਜਿਹੜੀਆਂ ਟ੍ਰੇਨਾਂ ਨਹੀਂ ਚੱਲ ਰਹੀਆਂ ਇਹ ਦੋ ਮੁੱਦਿਆਂ ਤੇ ਜਿਹੜੀ ਗੱਲ ਕੀਤੀ ਜਾ ਰਹੀ ਆ ਵੀ ਸ਼ਾਇਦ ਦੋ ਮੁੱਦਿਆਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਸੱਦੀ ਆ ਪਰ ਉਸ ਤੋਂ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਕਿਸਾਨ ਭਵਨ ਵਿੱਚ ਇਸ ਸਮੇਂ ਅਸੀਂ ਕਿਸਾਨ ਭਵਨ ਵਿੱਚ ਖੜੇ ਆ ਇੱਥੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਮੀਟਿੰਗ ਕਰ ਰਹੀਆਂ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਤੋਂ ਪਹਿਲਾਂ ਵੀ ਆਪਣਾ ਕੀ ਏਜੰਡਾ ਰਹੇਗਾ ਉੱਥੇ ਆਪਣਾ ਪੱਖ ਕਿੱਦਾਂ ਰੱਖਣਾ ਹੈ ਕੈਪਟਨ ਸਾਹਿਬ ਕਿਹੜੀ ਗੱਲ ਕਹਿਣਗੇ ਉਸ ਗੱਲ ਦਾ ਜਵਾਬ ਕਿੱਦਾਂ ਦੇਣਾ ਉਹ ਸਾਰੀ ਗੱਲਬਾਤ ਅੰਦਰ ਮੀਟਿੰਗ ਹਾਲ 'ਚ ਚੱਲ ਰਹੀ ਆ ਪਰ ਭਾਰਤੀਆ ਕਿਸਾਨ ਯੂਨੀਅਨ ਇਕਤਾ ਉਹ ਗਰੁੱਪ ਜਿਹੜਾ ਉਹ ਇਸ ਮੀਟਿੰਗ ਚ ਭਾਗ ਨਹੀਂ ਲੈ ਰਿਆ ਉਹ ਬਾਹਰ ਖੜਿਆ ਸਾਡੇ ਨਾਲ ਜੋਗਿੰਦਰ ਸਿੰਘ ਜੀ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਰੀਜ਼ਨ ਹੈ ਕਿ ਉਹ ਹਾਲੇ ਵੀ ਜਿਹੜੇ ਉਹਨਾਂ ਦੇ ਰਾਸਤੇ ਆ ਕਿਉਂ ਵੱਖ-ਵੱਖ ਆ ਅਜੰਡਾ ਸੇਮ ਹੈ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਜਿਸ ਦਾ ਵਿਰੋਧ ਕਰ ਰਹੇ ਆ ਉਹ ਸੇਮ ਹੈ ਕਿਸਾਨ ਜਥੇਬੰਦੀਆਂ ਸੇਮ ਹੈ ਫਿਰ ਰਾਸਤੇ ਵੱਖ-ਵੱਖ ਕਿਉਂ ਆ ਰਸਤੇ ਤਾਂ ਜਿਹੜੇ ਅੰਦਰ ਬੈਠੇ ਨੇ ਉਹਨਾਂ ਦੇ ਵੀ ਸਾਰਿਆਂ ਦੇ ਵੱਖ-ਵੱਖ ਰਸਤੇ ਵੱਖ ਹੋਣਾ ਆਪਦੀ ਵਿਚਾਰਧਾਰਾ ਵੱਖਰੀ ਹੋਣੀ ਇਕੱਠੇ ਲੜਨਾ ਹੈ ਅੱਡ-ਅੱਡ ਲੜਨਾ ਇਹ ਅਖਤਿਆਰ ਸਾਰਿਆਂ ਦੇ ਆਪਦੇ ਮੁੱਠੀ 'ਚ ਹੁੰਦੇ ਆ ਹਰ ਜਥੇਬੰਦੀ ਨੂੰ ਇਹ ਅਧਿਕਾਰ ਹੈ ਵੀ ਉਹਨੇ ਇਕੱਠੇ ਹੋ ਕੇ ਲੜਨਾ ਹੈ ਕਿ ਉਹਨੇ ਵੱਖਰੇ ਲੜਨਾ ਉਹਨੂੰ ਕਿਹੜੀ ਗੱਲ ਫਿੱਟ ਬੈਠਦੀ ਹੈ ਇਹ ਅਧਿਕਾਰ ਨਾ ਕਿਸੇ ਤੋਂ ਸਾਨੂੰ ਮੰਗਣ ਦੀ ਲੋੜ ਹੈ ਨਾ ਸਾਨੂੰ ਕਿਸੇ ਨੂੰ ਦੇਣ ਦੀ ਲੋੜ ਹੈ ਮੁੱਦੇ ਤੇ ਸਾਡੀ ਸਾਂਝ ਹੈ ਉਹ ਮੁੱਦੇ ਵਾਲੀ ਸਾਂਝ ਅਸੀਂ ਪਗਾ ਰਹੇ ਹਾਂ ਅਸੀਂ ਲਗਭਗ 63-64 ਦਿਨਾਂ ਤੋਂ ਲਗਾਤਾਰ ਮੋਰਚਿਆਂ ਦੇ ਵਿੱਚ ਆ ਮੋਰਚੇ ਸਾਡੀ ਵੱਡੀ ਗਿਣਤੀ ਆ 43 ਮੋਰਚੇ ਪੰਜਾਬ 'ਚ ਸਾਡੇ ਅੱਜ ਵੀ ਚੱਲ ਰਹੇ ਨੇ 15 ਸਤੰਬਰ ਤੋਂ ਅਸੀਂ ਲਗਾਤਾਰ ਲਗਾਤਾਰ ਮੋਰਚਿਆਂ 'ਚ ਬੈਠੇ ਆ ਤੇ ਆ 26-27 ਤਰੀਕ ਦੇ ਮੋਰਚੇ ਦੇ ਵਿੱਚ ਅਸੀਂ 2 ਲੱਖ ਬੰਦੇ ਦੀ ਇਨਵੋਲਵਮੈਂਟ ਕਰਾ ਰਹੇ ਆ ਜੇਣੀ ਅਸੀਂ ਮੋਰਚੇ ਦੇ ਵਿੱਚ ਆ ਸਾਡੀ ਉਹਨਾਂ ਨਾਲ ਵਿਚਾਰਧਾਰਕ ਬਕਰੀਵੇਂ ਸਟੈਂਡ ਕਰਦੇ ਨੇ ਅਸੀਂ ਆਜ਼ਾਦ ਸਰਗਰਮੀ ਇਹਨਾਂ ਇਸ਼ੂਆਂ ਤੇ ਵੀ ਕਰਦੇ ਆ ਤੇ ਜਿਹੜੇ ਐਕਸ਼ਨ ਜਥੇਬੰਦੀਆਂ ਦਿੰਦੇ ਨੇ ਸਾਂਝੇ ਉਹਨਾਂ ਦੇ ਨਾਲ ਤਾਲਮੇਲ ਵਿੱਚ ਜੁੜ ਮੇ ਐਕਸ਼ਨ ਵੀ ਕਰਦੇ ਆ ਉਹਨਾਂ ਦੀ ਸਮੂਹਿਤ ਵੀ ਕਰਦੇ ਆ ਅਸੀਂ ਉਹ ਸਾਂਝ ਰੱਖੀ ਹੋਈ ਹੈ ਤੇ ਨਾਲ ਅਸੀਂ ਦੂਜੀ ਸਾਂਝ ਵੀ ਜਦੋਂ ਫੈਸਲੇ ਤੇ ਲੜਾਈ ਆ ਗਈ ਪੀਕ ਤੇ ਢੋਲ ਚੱਲ ਗਿਆ ਹੋਇਆ ਉਦੋਂ ਵੀ ਜਦੋਂ ਕੋਈ ਫੈਸਲਾ ਲੈਣਾ ਉਦੋਂ ਵੀ ਸਾਰੇ ਅਸੀਂ ਸਾਂਝਾ ਲਵਾਂ ਜੁਗਿੰਦਰ ਸਿੰਘ ਜੀ ਗੱਲ ਸਮਝ ਨਹੀਂ ਆਈ ਸੋ ਤੁਸੀਂ ਸਾਰੀ ਗੱਲ ਤਾਂ ਕਹਿ ਰਹੇ ਹੋ ਵੀ ਹਾਂ ਇਹ ਅਸੀਂ ਇਕੱਠੇ ਆ ਪਰ ਫਿਰ ਉਹ ਮੀਟਿੰਗ ਅੰਦਰ ਹੋ ਰਹੀ ਹੈ ਤੁਸੀਂ ਬਾਹਰ ਖੜੇ ਹੋ ਜਦੋਂ ਉਸ ਫਾਰਮ ਦੇ ਵਿੱਚ ਅਸੀਂ ਸ਼ਾਮਲ ਨਹੀਂ ਸਾਡਾ ਅੰਦਰ ਜਾਣ ਦਾ ਮਤਲਬ ਕੀ ਆ ਸਾਡਾ ਆਪਦਾ ਪਲਾਨ ਹੈ ਅਸੀਂ ਆਪਦਾ ਪਲਾਨ ਬਣਾ ਰੱਖਿਆ ਹੈ ਉਹ ਹੁਣ 26 ਨੇ ਉਹਨਾਂ ਨੇ ਰੇਲਾਂ ਨਹੀਂ ਛੱਡੀਆਂ ਉਹਨਾਂ ਦਾ ਰੇਲਾਂ ਦਾ ਇਸ਼ੂ ਉਹਨਾਂ ਨੂੰ ਵੱਖਰੀ ਮੀਟਿੰਗ ਕਰਨੀ ਚਾਹੀਦੀ ਹੈ ਅਸੀਂ 13 ਅਕਤੂਬਰ ਨੂੰ ਰੇਲਾਂ ਛੱਡੀ ਬੈਠੇ ਆ ਅਸੀਂ ਉਹ ਮੀਟਿੰਗ 'ਚ ਕਾਦੇ ਵਾਸਤੇ ਸ਼ਾਮਲ ਹੋਵਾਂਗੇ ਸਾਡਾ ਤਾਂ ਏਜੰਡਾ ਹੀ ਨਹੀਂ ਹੈ ਇਹ ਦੂਜੀ ਗੱਲ ਉਹਨਾਂ ਦੀ 26 ਦੀ ਤੁਸੀਂ ਕਹਿ ਰਹੇ ਹੋ ਰੇਲਾਂ ਚਲਦੀਆਂ ਚਾਹੀਦੀਆਂ ਉਹ ਕਹਿ ਰਹੇ ਰੇਲਾਂ ਨਹੀਂ ਚਲਣੀਆਂ ਚਾਹੀਦੀਆਂ ਵੀ ਅਸੀਂ ਤਾਂ ਅਪੀਲ ਕਰਕੇ ਆਏ ਹਾਂ ਸਗੋਂ ਇਹ ਨਹੀਂ ਵੀ ਅਸੀਂ ਐ ਨਹੀਂ ਕਹਿਣ ਗਏ ਵੀ ਰੇਲਾਂ ਚਲਣੀਆਂ ਚਾਹੀਦੀਆਂ ਅਸੀਂ ਤਾਂ ਉਹਨਾਂ ਨੂੰ ਕਹਿ ਵੀ ਜਿਹੜਾ 18 ਤਰੀਕ ਨੂੰ ਕੰਡੀਸ਼ਨਾਂ ਦੇ ਤਹਿਤ ਰੇਲਾ ਛੱਡਣਾ ਸੀ 18 ਤਰੀਕ ਦਾ ਉਹ ਤੁਹਾਡਾ ਫੈਸਲਾ ਸੀਗਾ ਜਿਹੜਾ ਦਰਸਤ ਸੀ ਵੀ ਤੁਸੀਂ ਨਹੀਂ ਛੱਡਿਆ ਜਿਹੜਾ 13 ਤਰੀਕ ਦੀ ਮੀਟਿੰਗ ਦੇ ਵਿੱਚ ਕੇਂਦਰ ਦਬਾਅ ਪਾ ਰਿਹਾ ਸੀ ਵੀ ਰੇਲਾ ਛੱਡੋ ਪਹਿਲਾਂ ਫਿਰ 21 ਤਰੀਕ ਦੀ ਮੀਟਿੰਗ ਕਰਾਂਗੇ ਉੱਥੇ ਵੀ ਜਿਹੜਾ ਫੈਸਲਾ ਲਿਆ ਸੀ ਵਿੱਚ ਹੀ ਬੈਠੇ ਸੀ ਉਹ ਫੈਸਲਾ ਵੀ ਤੁਹਾਡਾ ਠੀਕ ਸੀ ਪਰ ਅੱਜ ਸਾਨੂੰ ਸੋਚਣਾ ਚਾਹੀਦਾ ਕਿਉਂਕਿ ਅੱਜ ਕੋਈ ਕੰਡੀਸ਼ਨ ਨਹੀਂ ਹੈ ਪੰਜਾਬ ਸਰਕਾਰ ਨੇ ਗੱਲਬਾਤ ਵਾਸਤੇ ਗੱਲ ਜਾਣ ਤੋਂ ਪਹਿਲਾਂ ਸਾਨੂੰ ਪੰਜਾਬ ਦੇ ਲੋਕਾਂ ਦਾ ਸੰਤ ਦਾ ਖਾਦਾਂ ਦਾ ਖੇਤੀ ਸੈਕਟਰ ਦਾ ਪੰਜਾਬ ਦੇ ਲੋਕਾਂ ਦਾ ਜੇ ਕੇਂਦਰ ਸਰਕਾਰ ਧਿਆਨ ਨਹੀਂ ਰੱਖ ਰਹੀ ਤੁਸੀਂ ਜ਼ਿੰਮੇਵਾਰ ਜਥੇਬੰਦੀਆਂ ਸੋ ਨੂੰ ਇਹ ਗੱਲ ਧਿਆਨ ਚ ਰੱਖ ਕੇ ਪੋਜਿਟਿਵ ਸੋਚਣਾ ਚਾਹੀਦਾ ਸੀ ਅਪੀਲ ਕਰਕੇ ਇੱਕ ਸਿਰਫ ਅਪੀਲ ਚ ਸਿਰਫ ਟ੍ਰੇਨਾਂ ਵਾਲੀ ਗੱਲ ਕੀਤੀ ਹੈ ਜਾਂ ਹੋਰ ਵੀ ਤੁਸੀਂ ਗੱਲ ਕੀਤੀ ਹੈ ਜਿਸ ਟਾਈਮ ਤੁਸੀਂ ਅੰਦਰ ਗਏ ਹੋਰ ਜਥੇਬੰਦੀਆਂ ਦੇ ਨਾਲ ਜਿਹੜੀ ਮੀਟਿੰਗ ਚੱਲ ਰਹੀ ਹੈ ਉਸ ਚ ਤੁਸੀਂ ਅਪੀਲ ਕਰ ਰਹੇ ਸੀ ਹੋਰ ਅਸੀਂ ਦੋ ਪੀਣਾ ਹੋਰ ਕੀਤੀਆਂ ਨੇ ਇੱਕ ਇਹ ਵੀ ਅਸੀਂ ਦੋ ਨਾਕਿਆਂ ਤੇ ਜਾ ਰਹੇ ਹਾਂ ਇੱਕ ਦੱਬ ਵਾਲੀ ਵਾਲੇ ਪਾਸੇ ਇੱਕ ਖਨਾਰੀ ਵਾਲੇ ਪਾਸੇ ਪੰਜਾਬ ਚ ਸਾਡੀ ਜਥੇਬੰਦੀ ਉੱਥੇ ਸਾਡੀ ਲਗਭਗ ਦੀ 2 ਲੱਖ ਦੀ ਗਿਣਤੀ ਦੀ ਅਸੀਂ ਸਦੀ ਅਸੈਸਮੈਂਟ ਬਣੀ ਹੋਈ ਹੈ ਵੀ 2 ਲੱਖ ਬੰਦਾ ਅਸੀਂ ਉੱਥੇ ਇਕੱਠਾ ਕਰਨਾ ਹੈ ਅਸੀਂ ਇਹ ਕਹਿ ਵੀ ਉਹ ਦੋ ਨਾਕੇ ਸਾਨੂੰ ਛੱਡ ਦਿਓ ਬਾਕੀ ਨਾਕਿਆਂ ਤੇ ਤੁਸੀਂ ਆਪਣੇ ਬੰਦੇ ਲੈ ਜਾਓ ਅਸੀਂ ਬੇਨਤੀ ਕਰਕੇ ਆ ਉਹ ਬੇਨਤੀ ਪ੍ਰਵਾਨ ਕਰਨਾ ਨਾ ਕਰਨਾ ਉਹਨਾਂ ਦੀ ਮਰਜ਼ੀ ਅਸੀਂ ਤਾਂ ਬੇਨਤੀ ਕਰਿਆ ਤੀਜੀ ਬੇਨਤੀ ਅਸੀਂ ਇਹ ਕਰਿਆ ਵੀ ਜਿਹੜਾ ਘੋਲ ਹੈ ਪੀਕ ਤੇ ਪਹੁੰਚ ਗਿਆ ਕੇਂਦਰ ਸਰਕਾਰ ਜੇ ਕੋਈ ਗੱਲ ਕਰਦੀ ਹੈ ਉਹਦੇ ਤੇ ਆਪਾਂ ਨੂੰ ਸਾਂਝਾ ਜਿਹੜੀ ਤਾਂ ਕਿਸਾਨ ਸੰਘਰਸ਼ ਕਮੇਟੀ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਵਾਲੀ ਆ ਉਹਨਾਂ ਨਾਲ ਵੀ ਸਾਡੇ ਨਾਲ ਵੀ ਥੋੜੇ ਨਾਲ ਤਿੰਨਾਂ ਨੂੰ ਸਾਂਝ ਹੀ ਰਹਿ ਬਣਾ ਕੇ ਘਟੋ ਘਾਟਿ ਛੁਦੇ ਘਟੋ ਘਾਟ ਕੀ ਪ੍ਰਾਪਤ ਕਰਨਾ ਹੈ ਵੱਧੋ ਵੱਧ ਕੀ ਕਰਨਾ ਸਾਂਝ ਹੀ ਰਹਿ ਕੇਂਦਰ ਤੇ ਜਾਣੀ ਚਾਹੀਦੀ ਆ ਉਹ ਉਹ ਤਾਲ ਮਿਲ ਆਪ ਨੂੰ ਰੱਖਣਾ ਜੇ ਤੇ ਉਹ ਤੁਸੀਂ ਮੀਟਿੰਗਾਂ ਵਿੱਚ ਸ਼ਾਮਿਲ ਨਹੀਂ ਹੋ ਰਹੇ ਜਾਂ ਉਹ ਤੁਹਾਨੂੰ ਮੀਟਿੰਗਾਂ ਵਿੱਚ ਬੁਲਾ ਨਹੀਂ ਰਹੇ ਫੇ ਸਾਂਝੀ ਜਿਹੜੀ ਤੁਹਾਡੀ ਮੰਗ ਆ ਉਹ ਜਾਂ ਸਾਂਝੀ ਜਿਹੜੀ ਲੜਾਈ ਆ ਉਹ ਕਿੱਦਾਂ ਚੱਲੇਗੀ ਉਹ ਸਾਂਝੀ ਲੜਾਈ ਦੇਖੋ ਚੱਲ ਰਹੀ ਆ ਤੁਹਾਡੇ ਸਾਹਮਣੇ ਚੱਲ ਰਹੀ ਆ ਸਾਂਝੀ ਲੜਾਈ ਜੀ ਤਾਂ ਕੋਈ ਰੌਲਾ ਨਹੀਂ ਸਾਂਝੀ ਮੰਗ ਇਹ ਤੋਂ ਪਹਿਲਾਂ ਸਾਡੀ ਬਣ ਗਈ ਸੀ ਅਸੀਂ ਮੀਟਿੰਗ ਲਾ ਕੇ ਆਏ ਆ ਉੱਥੇ ਸਾਡੀ ਮੰਗ ਬਣ ਗਈ ਸਾਂਝੀ ਅਸੀਂ ਮੰਗ ਬਣਾ ਲਈ ਸੀ ਵੀ ਘੱਟੋ-ਕੱਟ ਕਰ ਲਈਏ ਕਾਨੂੰਨ ਵਾਪਸੀ ਦੇ ਲੜਨਾ ਭਾਈ ਇਹ ਤੋਂ ਪਿੱਛੇ ਆਪਾਂ ਨੇ ਕੋਈ ਫੈਸਲਾ ਨਹੀਂ ਕਰਨਾ ਉਹ ਸਾਡੀ ਸਾਂਝੀ ਮੰਗ ਬਣ ਗਈ ਇਸੇ ਤਰ੍ਹਾਂ ਇਹਦੇ 'ਚ ਜੇ ਜਿਹੜੀ ਚੱਲ ਰਿਹਾ ਸਾਂਝਾ ਸੰਘਰਸ਼ ਵੀ ਚੱਲ ਰਿਹਾ ਸਾਂਝੀ ਮੰਗ ਤੇ ਵੀ ਅਸੀਂ ਇੱਕ ਜੁੱਟ ਹੋਏ ਹੋਇਆ ਇਹਦੇ 'ਚ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਆਉਂਦੀਆਂ ਨੇ ਜਦੋਂ ਕਿਸੇ ਕੋਲੇ ਸਾਡੇ ਕੋਲੇ ਕੋਈ ਗੱਲ ਆ ਗਈ ਕੇਂਦਰ ਵੱਲੋਂ ਵੀ ਕੋੰਦਰ ਆ ਪ੍ਰੋਪੋਜ਼ਲ ਆਨੇ ਕੇਂਦਰ ਦੀਆਂ ਅਸੀਂ ਇਹਨਾਂ ਨੂੰ ਦੱਸੀਏ ਇਹ ਸਾਡੇ ਨਾਲ ਅਸੀਂ ਬੈਠ ਕੇ ਸਾਂਝੀ ਕਰ ਲਈਏ ਉਹਦੀ ਇੱਕ ਪ੍ਰੋਪੋਜ਼ਲ ਬਣਾਉਣੀ ਤੇ ਸੱਟ ਮਾਰਨ ਵਾਲੀ ਠੋਸ ਬਣਾ ਦੇਣੀ ਸਿਰਫ ਇੰਨੀ ਗੱਲ ਹੀ ਐ ਬਾਕੀ ਤਾਂ ਸਾਰਾ ਕੁਝ ਚੱਲ ਰਿਹਾ ਜੀ ਾਟਾ ਾਟਾ ਚੱਲ ਵੀ ਰਿਹਾ ਤੇ ਕਿਸੇ ਜਗ੍ਹਾ ਤੇ ਅਸੀਂ ਇਕੱਠੇ ਵੀ ਦੇਖਦੇ ਆਂ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੀਟਿੰਗ ਬੁਲਾਈ ਆ 1:30 ਵਜੇ ਤੁਸੀਂ ਵੀ ਉਸ ਮੀਟਿੰਗ ਚ ਸ਼ਾਮਿਲ ਹੋਣ ਲਈ ਜਾ ਰਹੇ ਹੋ ਤੁਸੀਂ ਆਪਣਾ ਕੀ ਸੋਚਿਆ ਕੋਈ ਨਾ ਕੋਈ ਸੋਚਿਆ ਹੋਣਾ ਤੁਸੀਂ ਆਪਣੇ ਗਰੁੱਪ ਦੀ ਮੀਟਿੰਗ ਬੁਲਾਈ ਹੋਣੀ ਆ ਉਸ ਮੀਟਿੰਗ ਚ ਕੁਝ ਨਾ ਕੁਝ ਡਿਸਾਈਡ ਕੀਤਾ ਹੋਣਾ ਵੀ ਕੈਪਟਨ ਸਾਹਿਬ ਇਹ ਗੱਲ ਕਰਨਗੇ ਤਾਂ ਅਸੀਂ ਇਹ ਗੱਲ ਕਰਾਂਗੇ ਕੈਪਟਨ ਸਾਹਿਬ ਦੇ ਅੱਗੇ ਅਸੀਂ ਇਹ ਮੰਗ ਪੱਤਰ ਰੱਖਾਂਗੇ ਕੋਈ ਨਾ ਕੋਈ ਤੁਸੀਂ ਸੋਚਿਆ ਹੋਣਾ ਉਹ ਕੀ ਆ ਦੇਖੋ ਕੁਝ ਤਾਂ ਸਾਡਾ ਸੋਚਿਆ ਤਾਂ ਇਹ ਵੀ ਉਹਨਾਂ ਨੇ ਇੱਕ ਤਾਂ ਰੇਲਾਂ ਦੀ ਅਪੀਲ ਕਰਨੀ ਆ ਉਹ ਕਰਦੇ ਕਰੂਗਾ ਹੀ ਵੀ ਰੇਲਾ ਛੱਡ ਦਿਓ ਯਾਰ ਵਧੀਆ ਗੱਲ ਹੈ ਮੋਦੀ ਦਾ ਗੱਡੀਆਂ ਨਹੀਂ ਤੋੜਦਾ ਆਪਣਾ ਖਾਦ ਦੀ ਸ਼ਾਟ ਪੈ ਰਹੀ ਹੈ ਉਹ ਕਰ ਸਕਦਾ ਦੂਜੀ ਕਪੀਲ ਹੋਰ ਕਰਦਾ ਹੁੰਦਾ ਉਹ ਵੀ ਮੈਂ ਮੂਰੇ ਲੱਗਦਾ ਤੁਸੀਂ ਮੇਰੇ ਮੰਗਦਾ ਜੋ ਆਪਾਂ ਮੋਦੀ ਸਾਹਿਬ ਨੂੰ ਜਾ ਕੇ ਘੇਰਦੇ ਆਂ ਮੋਦੀ ਨਾਲ ਗੱਲ ਕਰਦੇ ਆਂ ਜਾਂ ਦਿੱਲੀ ਘੇਰਦੇ ਆਂ ਅੰਨਿਆਂ ਜਿਆ ਪੀਣਾ ਉਹ ਲੈ ਕੇ ਆਉਂਦਾ ਨੇ ਜਿਹੜੀ ਪਹਿਲੀ ਹੈ ਉਹ ਤਾਂ ਉਹਦੀ ਪੋਜੀਟਿਵ ਹੈ ਉਹ ਤਾਂ ਅਸੀਂ ਵੀ ਕਰਕੇ ਆਏ ਪਹਿਲਾਂ ਵੀ ਮੈਂ ਦੱਸਿਆ ਜਿਹੜੀ ਦੂਜੀ ਆ ਉਹਦਾ ਤਾਂ ਸੁਪਨਾ ਲੈਣਾ ਛੱਡ ਦੇ ਉਹ ਨਾ ਮੰਗਰ ਨਾ ਮੂਰੇ ਸਾਡੀ ਜਥੇਬੰਦੀ ਨੇ ਤਾਂ ਲਾਉਣਾ ਨਹੀਂ ਨਾ ਅਸੀਂ ਮੰਗਰ ਕਿਸੇ ਨੂੰ ਆਉਣ ਦੀ ਆਗਿਆ ਦੇਈਏ ਨਾ ਮੂਰੇ ਲੱਗਣ ਦੀ ਆਗੇ ਦੀਏ ਮਗਰ ਵੀ ਸਾਡੇ ਬੰਦੇ ਹੋਣਗੇ ਮੂਰੇ ਸਾਡੇ ਆਗੂ ਹੋਣਗੇ ਇਹਦੇ ਵਿੱਚ ਵਿਚਾਰਦਾ ਕੋਈ ਦਾ ਨਹੀਂ ਕੋਈ ਸਮਝੌਤਾ ਨਹੀਂ ਕਿਸੇ politcal ਪਾਰਟੀ ਨਾਲ ਫੜ ਕੇ ਕੱਢ ਦੇਾਂਗੇ ਜੇ ਕੋਈ ਵਿਚ ਆ ਗਿਆ ਵਿਚ ਅਸੀਂ ਆਉਣ ਨਹੀਂ ਦਿੰਦੇ ਦੂਜੀਆਂ ਪਾਰਟ ਜਸੇ ਬੰਦੀਆਂ ਨੇ ਭਾਈ ਉਹ ਸੋਚ ਲੈਣ ਵਿਚ ਬਿਠਾ ਲੈਣ ਚਾਹੇ ਸਿਰ ਤੇ ਬਿਠਾ ਲੈਣ ਨਾ ਅਸੀਂ ਉਹਨਾਂ ਨੂੰ ਰੋਕਣਾ ਨਾ ਸਾਡਾ ਇਹ ਹੱਕ ਠੀਕ ਥੈਂਕ ਯੂ ਇਹ ਸੀਗੇ ਜੋਗਿੰਦਰ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਐਸੀ ਤਾਂ ਆਲਰੇਡੀ ਪਹਿਲੀ ਕਹਿ ਚੁੱਕੇ ਆ ਕਿ ਜਿਹੜੇ ਪੰਜਾਬ ਚ ਪੈਸੇਂਜਰ ਟੇਨਰ ਬੰਦ ਕੀਤੀ ਹੋਈਆਂ ਮਾਲ ਗੱਡੀਆਂ ਦੇ ਨਾਲ ਉਹਨਾਂ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੀ ਜਿਹੜੀ ਹਾਲਾਤ ਹੈ ਕਿਸਾਨਾਂ ਨੂੰ ਜਿਹੜੀ ਖਾਦ ਦੀ ਦਿੱਕਤ ਆ ਰਹੀ ਹੈ ਉਸ ਦੇ ਕਰਕੇ ਭਾਰੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਉਹ ਸੋਲਡ ਆਊਟ ਹੋ ਸਕਦੀ ਆ ਦੂਜਾ ਉਹਨਾਂ ਨੇ ਕਿਹਾ ਐਸੀ ਕੈਪਟਨ ਸਾਹਿਬ ਦੀ ਇਸ ਅਪੀਲ ਨੂੰ ਆਲਰੇਡੀ ਮੰਨ ਰਿਹਾ ਵੀ ਟ੍ਰੇਨਾਂ ਖੋਲ ਦੇਣੀਆਂ ਚਾਹੀਦੀਆਂ ਪਰ ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਇੱਕ ਹੋਰ ਗੱਲ ਕਰਦੇ ਆ ਉਹ ਕਿਸਾਨ ਜਥੇਬੰਦੀਆਂ ਦੇ ਅਗੂ ਬੰਨਾ ਚਾਹੁੰਦੇ ਆ ਉਹ ਕਹਿੰਦੇ ਆ ਵੀ ਕਿਸਾਨ ਜਥੇਬੰਦੀਆਂ ਸਾਡੇ ਨਾਲ ਲੱਗਣ ਤਾਂ ਫੇ ਕੇਂਦਰ ਚ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਗੱਲ ਕਰ ਸਕਦਾ ਇਸ ਮੁੱਦੇ ਤੇ ਤਾਂ जोगਿੰਦਰ ਸਿੰਘ ਜੀ ਦਾ ਕਹਿਣਾ ਹੈ ਵੀ ਐਸੀ ਉਹਨਾਂ ਦੇ ਪਿੱਛੇ ਲੱਗਣ ਨੂੰ ਕਿਸੇ ਵੀ ਸਥਿਤੀ ਚ ਤਿਆਰ ਨਹੀਂ ਆ ਸਾਡਾ ਸੰਘਰਸ਼ ਇਸੇ ਪ੍ਰਕਾਰ ਜਾਰੀ ਰਹੇਗਾ ਮੈਂ ਦਿਨੇਸ਼ ਕੋਹਲ ਕਮੈਂਮੈਨ ਪ੍ਰਵੀਨ ਪਾਂਡੇ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ ਆਲ ਬਾਏ ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांतरेखा इन चोर ठगों तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री 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 मियां रफीक मोहम्मद मोबाइल 8437494647 8437494648